ਸਾਨਾ ਨੇ ਵੀ ਐਲਾਨ ਕਰਤਾ ਉਮੀਦਵਾਰ ਵੀ ਤਾਰ ਤੇ ਬਹੁ 파ਰਟੀਆਂ ਪੰਜ 파ਰਟੀਆਂ ਜਿਹੜੇ ਮੰਨੇ ਜਾ ਰਹੀਆਂ ਨੇ ਤੁਸੀਂ ਕੀ ਮੰਨਦੇ ਹੋ ਕਿ ਕਾਂਗਰਸ ਦਾ ਕੀ ਨਾਮ ਮੁਕਾਬਲਾ ਰਹੂਗਾ ਦੇਖੋ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਕਿ ਇਸ ਵਾਰ ਮਲਟੀ ਕਾਰਨਰਡ ਕੰਟੈਸਟ ਹੋ ਰਹੇ ਨੇ ਪੰਜਾਬ ਦੇ ਵਿੱਚ ਕਾਫੀ 파ਰਟੀਆਂ ਇਸ ਵਾਰ ਚੋਣ ਮੈਦਾਨ ਚ ਨੇ ਪਰ ਕਾਂਗਰਸ 파ਰਟੀ ਜਿਸ ਤਰ੍ਹਾਂ 2017 ਚ ਇੱਕ ਨੰਬਰ ਤੇ ਸੀਗੀ ਅੱਜ ਵੀ 2022 ਚ ਵੀ ਇੱਕ ਨੰਬਰ ਤੇ ਆ ਦੂਸਰੀਆਂ 파ਰਟੀਆਂ ਦੇ ਵਿੱਚ ਇਸ ਗੱਲ ਦੀ ਲੜਾਈ ਆ ਕਿ ਦੂਸਰੇ ਤੀਸਰੇ ਔਰ ਚੌਥੇ ਨੰਬਰ ਤੇ ਕੀਨੇ ਹੋਣ ਇਸ ਕਰਕੇ ਕਾਂਗਰਸ ਪਾਰਟੀ ਬੜੀ ਮਜ਼ਬੂਤ ਹੈ ਔਰ ਕਾਂਗਰਸ ਪਾਰਟੀ ਨੇ ਜੋ 5 ਸਾਲ ਦੇ ਅੰਦਰ ਔਰ ਜੋ ਹੁਣ ਅਸੀਂ ਚੰਨੀ ਸਰਕਾਰ ਜਿਹਨੂੰ ਲੋਕ ਚੰਗੀ ਸਰਕਾਰ ਕਹਿੰਦੇ ਨੇ ਉਹ ਸਰਕਾਰ ਦੇ ਵਿੱਚ ਜੋ ਇਤਿਹਾਸਿਕ ਫੈਸਲੇ ਲਏ ਨੇ ਜੋ 100 ਦਿਨਾਂ ਦੇ ਵਿੱਚ 100 ਅਹਿਮ ਫੈਸਲੇ ਪੰਜਾਬ ਦੇ ਲੋਕਾਂ ਦੇ ਹਿੱਤ 'ਚ ਲਏ ਨੇ ਉਹਨਾਂ ਤੇ ਅੱਜ ਲੋਕ ਮੋਹਰ ਲਾਉਣ ਲਈ 2022 ਦੀ ਇਸ ਰੀ-ਇਲੈਕਸ਼ਨ ਅਨਾਊਂਸਮੈਂਟ ਹੋਈਆ ਉਹਦੇ ਚ ਤਿਆਰ ਬੜ ਤਿਆਰ ਬੈਠੇ ਜਿਹੜੇ ਕਿਸਾਨ ਜੀ ਭਾਜਪਾ ਦੇ ਖਿਲਾਫ ਹੁਣ ਵੀ ਅੰਦੋਲਨ ਕਰ ਰਹੇ ਨੇ ਉਹਨਾਂ ਕਿਸਾਨਾਂ ਤੇ ਆਪਨੇ ਐਲੀਗੇਸ਼ਨ ਲਾਇਨ ਨੇ ਕਿ ਭਾਜਪਾ ਦੇ ਨਾਲ ਮਿਲ ਕੇ ਉਹਨਾਂ ਨੇ ਪਾਰਟੀ ਖੜੀ ਕਰੀਆ ਵੀ ਆਮ ਆਦਮੀ ਪਾਰਟੀ ਨੇ ਨੁਕਸਾਨ ਬਚਾਉਣ ਲਈ ਤੇ ਕਾਂਗਰਸ ਨੂੰ ਫਾਇਦਾ ਪਹੁੰਚਾਉਣ ਲਈ ਦੇਖੋ ਇਹ ਗੱਲ ਇੱਕ ਆਮ ਲੋਕਾਂ ਚ ਰਕ ਸੀਗੀ ਕਿ ਆਮ ਆਦਮੀ ਔਰ ਕਿਸਾਨਾਂ ਦਾ ਗਠਜੋੜ ਹੋ ਰਿਹਾ ਔਰ ਉਹਨਾਂ ਨੇ ਵੀ ਪੂਰੀ ਕੋਸ਼ਿਸ਼ ਕੀਤੀ ਪਤਾ ਨਹੀਂ ਕਿਸ ਵਜ੍ਹਾ ਕਰਕੇ ਇਹ ਗੱਲਬਾਤ ਸਿਰੇ ਨਹੀਂ ਚੜ ਸਕੀ ਔਰ ਉਹਨਾਂ ਨੇ ਅੜਿੱਕ ਵੀ ਕਰਦੇ ਰਹੇ ਕਿ ਕਦੋਂ ਚੋਣ ਦਾ ਇਹਨਾਂ ਦਾ ਅਲਾਈਅੰਸ ਹੋਏਗਾ ਔਰ ਉਸ ਤੋਂ ਬਾਅਦ ਹੀ ਕੈਂਡੀਡੇਟ ਐਲਾਨੇ ਜਾਣਗੇ ਪਰ ਆਮ ਆਦਮੀ ਪਾਰਟੀ ਜਾਂ ਤਾਂ ਹੁਣ ਇਹ ਤਾਂ ਉਹਨਾਂ ਦੀ ਇੰਟਰਨਲ ਮਾਮਲਾ ਉਹਨਾਂ ਨੇ ਦੇਖਣਾ ਉਹਨਾਂ ਨੇ ਟਿਕਟਾਂ ਟੜਾ-ਟੜਾ ਅਨਾਉਂਸ ਕਰ ਦੇ ਗਏ ਔਰ ਉਹਨਾਂ ਦੀ ਅਖੀਰ ਚ ਗੱਲ ਜਾ ਕੇ ਕਿਸਾਨਾਂ ਨਾ ਟੁੱਟ ਗਈ ਅੱਜ ਉਹੀ ਆਮ ਆਦਮੀ ਕਿਸਾਨਾਂ ਤੇ ਉਤੇ ਦੋਸ਼ ਲਾ ਰਹੀ ਹੈ ਇਹ ਮੈਂ ਸਮਝਦਾ ਕੋਈ ਐਸੀ ਗੱਲ ਨਹੀਂ ਬਿਲਕੁਲ ਗਲਤ ਹੈ ਉਹੀ ਬੰਤੇ ਜਿਹੜੇ ਪਹਿਲਾਂ ਆਪ ਦੇ ਨਾਲ ਟੱਚ ਸੀਗਾ ਜੋ ਉਹੀ ਪਾਰਟੀ ਜਿਹੜੀ ਹੈ ਭਾਜਪੀ ਦੇ ਨਾਲ ਰਲੇ ਹੋਣ ਦਾ ਦੋਸ਼ ਲਾ ਰਹੀ ਹੈ ਸੋ ਮੈਨੂੰ ਲੱਗਦਾ ਕਿ ਇਹ ਸਿਰਫ ਤੇ ਸਿਰਫ ਆਮ ਆਦਮੀ ਆਪਣੀ ਜਿਹੜੀ ਖਿਸਕਦੀ ਹੋਈ ਸਿਆਸੀ ਜ਼ਮੀਨ ਉਸ ਨੂੰ ਬਚਾਉਣ ਲਈ ਇਸ ਤਰ੍ਹਾਂ ਦੇ ਗਮਰਾਹਕੁਨ ਪ੍ਰਚਾਰ ਕਰ ਰਹੀ ਹੈ ਜੋ ਸਿੱਧੂ ਆਪਣਾ ਪੰਜਾਬ ਮਾਡਲ ਲੈ ਕੇ ਮੁੱਖ ਮੰਤਰੀ ਦਾ ਕਿਤੇ ਨਾ ਕਿਤੇ ਫੇਸ ਅੱਗੇ ਰੱਖ ਰਹੇ ਨੇ ਤੁਸੀਂ ਕਿਸ ਤਰ੍ਹਾਂ ਮੰਨਦੇ ਹੋ ਉਹਨਾਂ ਦੇ ਪੰਜਾਬ ਮਾਡਲ ਨੂੰ देखो हर बंदे दी सोच ਹੁੰਦੀ ਆ ਉਹ ਆਪਣੀ ਜਿਵੇਂ ਮੇਰੇ ਮਨ ਦੇ ਵਿੱਚ ਖੰਨਾ ਮਾਡਲ ਹੈ ਕਿਸੇ ਦਾ ਪੰਜਾਬ ਮਾਡਲ ਹੈ ਇਹ ਹਰੇਕ ਦਾ ਬੰਦੇ ਦਾ ਇੱਕ ਆਪਣਾ ਨਜ਼ਰੀਆ ਹੁੰਦਾ ਔਰ ਉਹਨੇ ਆਪਣੀ ਸਟੇਟ ਦੇ ਲਈ ਦੇਖਣਾ ਹੁੰਦਾ ਸੁਣਨਾ ਹੁੰਦਾ ਔਰ ਉਹਨੇ ਇੱਕ ਚੰਗੀ ਸੋਚ ਰੱਖਣੀ ਹੁੰਦੀ ਆ ਨਵਜੋਤ ਸਿੰਘ ਸਿੱਧੂ ਵੀ ਇੱਕ ਵਹਾਦ ਔਰ ਇੱਕ ਮਾਨਦਾਰ ਆਗੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਗਰ ਉਹ ਪੰਜਾਬ ਦੇ ਲਈ ਕੋਈ ਚੰਗੀ ਸੋਚ ਰੱਖਦੇ ਨੇ ਤਾਂ ਕਾਂਗਰਸ ਪਾਰਟੀ ਦੇ ਵਿੱਚ ਜੋ ਸਾਡਾ ਮੈਨੀਫੈਸਟੋ ਤਿਆਰ ਹੁੰਦਾ ਉਹਦੇ 'ਚ ਉਹ ਗੱਲਾਂ ਰੱਖੀਆਂ ਜਾਣਗੀਆਂ ਔਰ ਉਹਨਾਂ ਨੂੰ ਫਿਰ ਆਉਣ ਵਾਲੇ ਸਮੇਂ 'ਚ ਇੰਪਲੀਮੈਂਟ ਕਰਿਆ ਜਾਊ। ਜਿਹੜੀਆਂ ਟਿਕਟਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੀ ਆ 10 ਤਰੀਕ ਤੋਂ ਲਗਾਤਾਰ ਚਰਚਾ ਚੱਲ ਚੱਲ ਰਹੀ ਹੈ ਵੀ ਟਿਕਟਾਂ ਅਨਾਊਂਸ ਹੋ ਰਹੀਆਂ ਨੇ 70 ਸੀਟਾਂ ਦੀ ਕਦ ਤੱਕ ਜਿਹੜੀਆਂ ਕਾਂਗਰਸੀਆਂ ਟਿਕਟਾਂ ਹੋ ਜਾਣਗੀਆਂ। ਦੇਖੋ ਇਹਦੇ ਬਾਰੇ ਇਹਦਾ ਪ੍ਰੈਰੋਗੇਟਿਵ ਤਾਂ ਕਾਂਗਰਸ ਹਾਈ ਕਮਾਂਡ ਦਾ ਸਾਡੀ ਸੈਂਟਰਲ ਇਲੈਕਸ਼ਨ ਕਮੇਟੀ ਦਾ ਉਹ ਸਕਰੀਨਿੰਗ ਕਮੇਟੀ ਦਾ ਔਰ ਜੋ ਉਹਨਾਂ ਨੇ ਤੈਅ ਕਰਨਾ ਜੋ ਨਿਰ ਜਦੋਂ ਵੀ ਲਿਸਟ ਆਊਗੀ ਸਾਰਿਆਂ ਨੂੰ ਪਤਾ ਲੱਗ ਜਾਏਗਾ ਔਰ ਕਾਂਗਰਸ ਪਾਰਟੀ ਦੇ ਵਿੱਚ ਇੱਕ ਇਹ ਡੈਮੋਕਰੇਸੀ ਹੈ ਔਰ ਹਰ ਇੱਕ ਨੂੰ ਸੁਣਿਆ ਜਾਂਦਾ ਹਰ ਇੱਕ ਦੀ ਜਿਹੜੀ ਆ ਉਹ ਫੀਡਬੈਕ ਲਈ ਜਾਂਦੀ ਹੈ ਔਰ ਉਹਨਾਂ ਦਾ ਜੋ ਫੈਮਿਲੀ ਬੈਕਗ੍ਰਾਉਂਡਸ ਨੇ ਉਹਨਾਂ ਨੂੰ ਦੇਖਿਆ ਜਾਂਦਾ ਕੀ ਉਹਨਾਂ ਦੀ ਪਬਲਿਕ ਪਰਸੈਪਸ਼ਨ ਔਰ ਕਿਸ ਤਰ੍ਹਾਂ ਦਾ ਕਿਰਦਾਰ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬੜੀ ਬਰੀਕੀ ਦੇ ਨਾਲ ਦੇਖ ਕੇ ਫੇਰ ਜਾ ਕੇ ਚੈਨ ਕੀਤਾ ਜਾਂਦਾ ਵੀ ਉਮੀਦਵਾਰ ਅਲਾਨੇ ਜਾਂਦੇ ਨੇ ਤੋਂ ਮੈਨੂੰ ਆਸ ਹੈ ਕਿ ਬਹੁਤ ਜਲਦੀ ਅੱਜ ਭਲਕੇ ਹੀ ਕਾਂਗਰਸ ਦੀ ਵੀ ਜਿਹੜੀ ਇਲੈਕਸ਼ਨ ਕੈਂਡੀਡੇਟਸ ਦੀ ਜਿਹੜੀ ਲਿਸਟ ਆਉਣ ਵਾਲੀ ਹੈ ਮੰਤਰੀ ਲੰਬਾ ਐਕਸਪੀਰੀਅੰਸ ਗਿਆ ਤੁਹਾਨੂੰ ਕੀ ਲੱਗਦਾ ਕਿ ਇੱਕ ਫੇਸ ਲੈ ਕੇ ਸੀਐਮ ਫੇਸ ਲੈ ਕੇ ਜਿਹੜਾ ਉਹ ਲੜਨਾ ਚਾਹੀਦਾ ਕਾਂਗਰਸ ਨੂੰ ਜੀ ਜਾਂ ਬਿਨਾਂ ਫੇਸ ਤੋਂ ਲੜਨਾ ਚਾਹੀਦਾ ਦੇਖੋ ਗੱਲ ਇਹ ਆ ਕਿ ਹੁਣ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਨੇ ਉਹ ਸਾਡੇ ਮੁੱਖ ਮੰਤਰੀ ਨੇ ਤੇ ਮੁੱਖ ਮੰਤਰੀ ਦੇ ਅਗਵਾਈ ਚੌਰ ਕਾਂਗਰਸ ਦੇ ਜਿਹੜੇ ਪ੍ਰਧਾਨ ਉਹਦੀ ਅਗਵਾਈ ਚੌਰ ਪੂਰੀ ਕਲੈਕਟਿਵ ਲੀਡਰਸ਼ਿਪ ਦੀ ਅਗਵਾਈ ਚ ਇਲੈਕਸ਼ਨਾਂ ਲੜੀਆਂ ਜਾਂਦੀਆਂ ਨੇ ਅੱਗੇ ਆ ਕੇ ਵਿਧਾਇਕਾਂ ਨੇ ਪਹਿਲਾਂ ਤਾਂ ਲੋਕਾਂ ਨੇ ਤੈਅ ਕਰਨਾ ਔਰ ਫਿਰ ਚੁਣੇ ਹੋਏ ਵਿਧਾਇਕਾਂ ਨੇ ਔਰ ਹਾਈ ਕਮਾਂਡ ਦੀ ਉਹਦੇ ਤੇ ਮੂਰ ਲੱਗਣੀ ਹੈ ਜਿਹਨੂੰ ਵੀ ਹਾਈ ਕਮਾਂਡ ਬਣਾਉਂਦੀ ਹੈ ਮੁੱਖ ਮੰਤਰੀ ਸਾਰੇ ਉਹਨੂੰ ਇੱਕ ਡਿਸਿਪਲਿਨਡ ਸੋਲਜਰ ਦੇ ਤੌਰ ਤੇ ਇੱਕ ਅਨੁਸ਼ਾਸਨ ਦੇ ਵਿੱਚ ਰਹਿ ਕੇ ਅਸੀਂ ਉਸ ਨੂੰ ਮੰਨਦੇ ਹਾਂ ਤਾਂ ਇਹੀ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਹੀ ਹੋਏਗਾ ਸਬਸਕ੍ਰਾਈਬ ਟੂ आवर YouTube ਚੈਨਲ ਨਿਊਜ਼ DNN ਬਾਈ ਕਲਿੱਕਿੰਗ ਦ ਬੈਲ ਆਈਕਨ ਡੋਨਟ ਫੋਰਗੇਟ ਟੂ ਲਾਈਕ ਕਮੈਂਟ ਐਂਡ ਸ਼ੇਅਰ